ਰਾਜਪੁਰਾ ਵਿੱਚ ਪੁਲਿਸ ਵੱਲੋਂ ਨਾਟਕੀ ਅੰਦਾਜ਼ ਨਾਲ ਅਗਵਾ ਕੋਲੋਂ ਇੱਕ ਕੱਪੜੇ ਦੇ ਵਪਾਰੀ ਨੂੰ ਛੁਡਾਇਆ ਗਿਆ। ਦੇਰ ਸ਼ਾਮ 4 ਵਜੇ ਪੈਸੇ ਦੇ ਲੈਣ ਦੇਣ ਕਰਕੇ ਇੱਕ ਨੌਜਵਾਨ ਸਮਰਪ੍ਰੀਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸਦੀ ਘਰਵਾਲੀ ਨੇ ਪੁਲਿਸ ਨੂੰ 100 ਨੰਬਰ 'ਤੇ ਇਤਲਾਹ ਵੀ ਦਿੱਤੀ ਸੀ। ਕੋਈ ਅਣਪਛਾਤੇ 2 ਵਿਅਕਤੀਆਂ ਵੱਲੋਂ ਉਸਦੇ ਪਤੀ ਨੂੰ ਘਰ ਤੋਂ ਬੈਂਕ ਜਾਣ ਦੇ ਬਹਾਨੇ ਲੈ ਗਏ ਹਨ ਅਤੇ 3 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਉਹ ਘਰ ਨਹੀਂ ਪਹੁੰਚੇ। ਪੀੜਤ ਦੀ ਪਤਨੀ ਨੇ ਕਿਹਾ ਹੈ ਕਿ ਉਸਦੇ ਪਤੀ ਨੇ ਕਿਹਾ ਸੀ ਕਿ ਉਸਨੂੰ ਹੋਲੀ ਐਜ਼ ਆ ਸਕੂਲ ਦੇ ਨੇੜੇ ਫੈਕਟਰੀ ਦੇ ਵਿੱਚ ਬਿਠਾਇਆ ਹੋਇਆ, ਜਿਸ ਤੋਂ ਬਾਅਦ ਰਾਜਪੁਰਾ ਦੇ DSP ਆਕਾਸ਼ਦੀਪ ਔਲਖ ਅਤੇ ਰਾਜਪੁਰਾ ਦੇ SHO ਬਲਵਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਇੱਕ ਫੈਕਟਰੀ ਦੇ ਵਿੱਚ ਪੀੜਤ ਅਗਵਾ ਨੂੰ ਬਚਾ ਕੇ ਦੋਸ਼ੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰੇਮ ਨਗਰ ਲਗਟੀ ਚੌਂਕ ਕੀ ਕੰਮ ਕਰਦੇ ਹੋ ਸਰ? ਕੱਪੜੇ ਦਾ ਕੰਮ ਜੀ, ਸਪਲਾਈ ਦਾ। ਅਤੇ ਸਰ ਇੱਥੇ ਕੀ ਮਾਮਲਾ ਹੋਇਆ ਜਰਾ, ਅੱਜ ਤੁਸੀਂ ਇੱਥੇ ਬਰਾਮਦ ਹੋਏ ਹੋ ਜਾਂ ਕਿਸ ਤਰ੍ਹਾਂ ਕੀ ਮਾਮਲਾ ਸੀਗਾ? ਮੈਨੂੰ ਬੈਂਕ ਦੇ ਬਾਹਰ ਨੇ ਲੈ ਗਏ ਜੀ, ਅਤੇ ਮੈਨੂੰ ਕਹਿੰਦੇ ਜੀ ਰਿੰਕੂ ਦਮੋਲੀ ਦਾ ਜੀ, ਮੈਨੂੰ ਬੈਂਕ ਦੇ ਬਾਹਰ ਨੇ ਲੈ ਕੇ ਗਿਆ ਜੀ। ਦੂਜਾ ਕੌਣ ਸੀ? ਨਾਲ ਉਹ ਪਹਿਲੇ ਹੀ ਬੈਠੇ ਸੀਗੇ ਜੀ ਇੱਦਾਂ ਇੱਧਰ, ਜਦੋਂ ਮੈਂ ਆਇਆ ਜੀ ਮੈਨੂੰ ਬੈਂਕ ਦਾ ਬਾਹਰ ਨਾਲ ਲੈ ਕੇ ਸਿੱਧਾ ਇੱਧਰ ਆਏ। ਕਹਿੰਦੇ 2 ਫੋਨ ਆਇਆ ਰਸਤੇ ਜਿਹਨਾਂ ਕੋਲੋਂ ਕਿ 2 ਮਿੰਟ ਕੰਮ ਹੈਗਾ ਉਹ ਰਿਹਾ, ਅਤੇ ਮੈਂ ਕਿਹਾ ਮੈਨੂੰ ਉਤਾਰ ਦਿਉ ਕੋਈ ਨਹੀਂ ਤੁਸੀਂ ਹੋ। ਕਹਿੰਦੇ ਨਹੀਂ 2 ਮਿੰਟ ਦਾ ਕੰਮ ਹੈ, ਮੈਨੂੰ ਇੱਥੇ ਲੈ ਗਏ ਜੀ, ਪਹਿਲੇ ਹੀ ਉਰੇ ਬੈਠੇ ਸੀ, ਮੈਨੂੰ ਆ ਕੇ ਬੰਨ ਕੇ ਬਿਠਾ ਦਿਆ ਜੀ ਇਹਨਾਂ ਨੇ ਪਰਦੇ ਨਾਲ। ਅਤੇ ਜੀ ਫਿਰ ਮੈਨੂੰ ਕਹਿੰਦੇ ਕਿ ਪਹਿਲੇ ਗੱਡੀ ਦਾ ਸੌਦਾ ਕਰਾ ਜੀ, ਪੈਸਾ ਤਾਂ ਮੈਂ ਲੈਂਦੇ ਸੀਗਾ ਜੀ। ਕਹਿੰਦੇ ਗੱਡੀ ਕੀ ਲੈਣ ਦੇਣ ਸੀ ਤੁਹਾਡਾ, ਕਿਸ ਤਰ੍ਹਾਂ ਦਾ ਲੈਣ ਦੇਣ ਸੀ? ਮੈਂ ਪੈਸੇ ਦੇਣੇ ਸੀਗੇ। ਕਿੰਨੇ? 6 ਲੱਖ ਰੁਪਏ ਜੀ। ਕਿੰਨੇ ਕੁ ਬੰਦੇ ਸੀ ਜਦ ਤੁਹਾਨੂੰ ਇੱਥੇ ਲੈ ਕੇ ਆਏ? 4 ਬੰਦੇ ਸੀਗੇ ਜੀ। ਕਿਹੜੇ ਕਿਹੜੇ ਨਾਂ ਦੇ ਨੇ? ਇੱਕ ਜੀ ਰਿੰਕੂ ਸੀਗਾ ਜੀ, ਇੱਕ ਪੰਕਜ ਸੀਗਾ ਜੀ, ਇੱਕ ਸਰਪੰਚ ਸੀਗਾ ਜੀ ਕੋਈ। ਕੌਣ ਸਰਪੰਚ ਸਾਹਿਬ? ਸਰਪੰਚ ਦਾ ਨਾਮ ਨਹੀਂ ਪਤਾ ਜੀ ਮੈਨੂੰ, ਸਰਪੰਚ ਹੈਗਾ ਜੀ ਕਿਹੜੇ ਮੋਲੀ ਦਾ ਸਰਪੰਚ ਹੈ ਜੀ। ਠੀਕ ਹੈ, ਕੁੱਟਮਾਰ ਵੀ ਕੀਤੀ ਗਈ ਇੱਥੇ? ਹਾਂਜੀ, 2 ਦਿਨ ਤੋਂ ਕੁੱਟਮਾਰ। ਤੇ ਜੀ ਫਿਰ ਮੈਨੂੰ ਜਿਹੜਾ ਰਿੰਕੂ ਸੀਗਾ ਉਹ ਮੈਨੂੰ ਕਹਿੰਦੇ ਆਉਣ ਵਾਲੇ MLA ਜੀ ਸਰਪੰਚ, ਕਿ ਜਿਹੜਾ ਆਉਣ ਵਾਲੇ MLA ਜੀ। ਮੈਂ ਕਿਹਾ ਮੈਂ ਤਾਂ, ਮੈਨੂੰ ਤਾਂ ਪਤਾ ਨਹੀਂ ਜੀ। ਅਤੇ ਫਿਰ ਜੀ ਮੈਨੇ ਇਹਨਾਂ ਨੇ ਕੁੱਟਮਾਰ ਕਰੀ, ਪਹਿਲਾਂ ਤਾਂ ਮੈਂ ਮੰਨਿਆ ਨਹੀਂ ਜੀ, ਗੱਡੀ ਦਾ ਕਹਿੰਦੇ ਸੌਦਾ ਕਰਾਂ, ਮੈਂ ਮੰਨਿਆ ਨਹੀਂ ਜੀ। ਫਿਰ ਜਦੋਂ ਮੈਂ ਮੰਨ ਗਿਆ ਜੀ, ਫਿਰ ਇਹਨਾਂ ਨੇ ਮੈਨੂੰ ਫੋਨ ਵੀ ਦੇ ਤਾ ਜੀ, ਹੱਥ ਹੁੱਥ ਖੋਲ੍ਹਤੇ। ਫਿਰ ਜੀ ਮੇਰੇ ਕੋਲੋਂ ਥਾਣਾ ਸਿਟੀ ਤੋਂ ਫੋਨ ਆ ਰਹੇ ਸੀ ਜੀ, ਮੈਂ ਤਾਂ ਚੱਕੇ ਨੇ, ਮੇਰਾ ਅਨਨੋਨ ਨੰਬਰ ਸੀਗਾ ਜੀ। ਫਿਰ ਜੀ ਮੈਨੂੰ ਜਦੋਂ ਫੋਨ ਦਿੱਤਾ, ਮੈਂ ਸਾਈਡ 'ਤੇ ਜਾ ਕੇ 2 ਮਿੰਟ ਗੱਲ ਕਰੀ, ਬਸ ਮੈਂ ਜਗ੍ਹਾ ਦੱਸਤੀ ਜੀ, ਮੈਂ ਫਲਾਣੀ ਜਗ੍ਹਾ 'ਤੇ ਆਇਆ ਸੀ ਕਿ ਮੈਨੂੰ ਛੁਟਾ ਲਓ ਜੀ। ਜਿਹੜੇ ਆਉਣ ਵਾਲੇ MLA ਸਾਹਿਬ ਕਹਿੰਦੇ ਸੀ, ਉਹ ਕੀ ਤੁਹਾਨੂੰ ਕੀ ਕਹਿੰਦੇ ਸੀ ਆਉਣ ਵਾਲੇ? ਮੈਨੂੰ ਕਹਿੰਦੇ ਰਿੰਕੂ ਨਾਮ ਹੈ ਜੀ ਉਹਦਾ, ਜਿਹੜਾ ਮੈਨੂੰ ਲੈ ਕੇ ਆਇਆ ਸੀ ਉਰੇ ਜੀ, ਕਿ 2 ਮਿੰਟ ਦਾ ਕੰਮ ਹੈ ਜੀ, ਚੱਲ ਬੈਂਕ ਦਾ ਨਾਮ ਪਹਿਲੇ ਮੈਨੂੰ ਕਹਿ ਕੇ ਫਿਰ ਉਰੇ ਲਿਆ ਜੀ। ਉਹ ਕਹਿ ਰਹੇ ਸੀ ਆਉਣ ਵਾਲੇ MLA ਹੈ ਜੀ, ਅਤੇ ਬਾਕੀ ਜਿਹੜੇ ਸਰਪੰਚ ਜਿਹੜੇ ਕਹਿ ਰਹੇ ਜੀ, ਉਹ ਵੀ ਮੈਨੂੰ ਧਮਕੀ ਦੇ ਰਹੇ ਸੀਗੇ ਵਾਰ ਵਾਰ ਜੀ, ਕਿ ਜਾਂ ਗੱਡੀ ਨਾਮ ਕਰਾ ਦੇ ਜਾਂ ਮਕਾਨ ਕਰਾ ਦੇ ਸਾਡੇ ਨਾਮ, ਕਿ ਪੈਸੇ ਤੁਹਾਨੂੰ ਦੇਣੇ ਪੈਣੇ ਆ, ਨਹੀਂ ਤਾਂ ਤੁਸੀਂ ਛੱਡਾਂਗੇ ਨਹੀਂ ਅਸੀਂ ਅੱਜ। ਕਾਹਦੇ ਪੈਸੇ ਦੇਣੇ ਸੀ ਇਹਨਾਂ ਦੇ? 6 ਲੱਖ ਰੁਪਏ ਦੇਣਾ। ਕੀ ਕੀ ਖਰੀਦਿਆ ਸੀਗਾ? ਦੇਣੇ ਸੀਗੇ ਕੀ ਚੀਜ਼ ਦੇ? ਵਿਆਜੀ ਲਈ ਸੀ ਕਿਸ ਤਰ੍ਹਾਂ? ਹਾਂਜੀ ਵਿਆਜੀ। ਤੇ ਪਹਿਲਾਂ ਵੀ ਟੋਰਚਰ ਕੀਤਾ ਕਦੇ ਇਹਨਾਂ ਨੇ? ਹਾਂਜੀ, ਪਹਿਲਾਂ 1-2 ਵਾਰ ਕੀਤਾ। ਤੁਸੀਂ ਹੁਣ ਕੀ ਚਾਹੁੰਦੇ ਹੋ ਵੀ ਕੀ ਹੋਣਾ ਚਾਹੀਦਾ? ਤੁਸੀਂ ਤੁਹਾਡੀ ਜਾਨ ਬਚ ਗਈ ਤਾਂ ਕੀ ਕੀ ਚਾਹੁੰਦੇ ਹੋ ਤੁਸੀਂ ਵੀ ਕੀ ਹੋਣਾ ਚਾਹੀਦਾ ਇਸ ਮਾਮਲੇ 'ਚ? ਬਸ ਜੋ ਵੀ ਆ ਕਾਰਵਾਈ ਹੋਣੀ ਚਾਹੀਦੀ ਜੀ, ਮੈਨੂੰ ਬਹੁਤ ਪਰੇਸ਼ਾਨ ਕਰਿਆ ਜੀ ਇਹਨਾਂ ਨੇ। ਕਿੰਨੇ ਵਜੇ ਚੱਕਿਆ? ਮੈਨੂੰ 4 ਵਜੇ ਚੱਕਿਆ ਜੀ। ਅੱਛਾ, ਕਿੰਨੀ ਦੇਰ ਪੁਲਿਸ ਪਹੁੰਚ ਗਈ ਤੁਹਾਡੇ ਕੋਲ? ਜਿਸ ਟਾਈਮ ਮੈਂ ਫੋਨ ਕਰਿਆ ਜੀ, 10 ਮਿੰਟ ਬਾਅਦ ਪੁਲਿਸ ਆ ਗਈ ਸੀ ਜੀ। ਤੁਸੀਂ ਉਹਦਾ, ਉਹ ਜਿਹੜੇ MLA ਸਾਹਿਬ ਨਵੇਂ ਕਹਿੰਦੇ ਵੀ ਆਉਣ ਵਾਲੇ MLA ਨੇ, ਉਹਦਾ ਨਾਮ ਨਸ਼ਰ ਕਰ ਸਕਦੇ ਹੋ ਵੀ ਉਹਨਾਂ ਦਾ ਨਾਮ ਕੀ ਹੈਗਾ ਸੀਗਾ? ਮੇਰੇ ਗੁਰਮੀਤ, ਪਤਾ ਨਹੀਂ ਐਵੇਂ, ਗੁਰਪ੍ਰੀਤ ਐਵੇਂ ਕੀ ਨਾਮ ਹੈਗਾ ਜੀ ਉਹਨਾਂ ਜੀ, ਸਰਪੰਚ ਮੋਲੀ ਦੇ ਸਰਪੰਚ ਹੈ ਜੀ। ਪਹਿਲਾਂ ਕਦੀ ਮੁਲਾਕਾਤ ਹੋਈ ਉਹਨਾਂ ਨਾਲ? ਨਹੀਂ, ਮੇਰੀ ਨਹੀਂ ਜੀ, ਮੈਂ ਤਾਂ ਇਹਨਾਂ ਨੂੰ ਜਾਣਦਾ ਜੀ। ਰਿੰਕੂ ਨੂੰ ਜੀ ਤੱਕ ਪਹਿਲਾਂ ਕਾਲ ਆਈ ਸੀਗੀ ਵੀ 4 ਵਜੇ ਦੇ ਰਾਊਂਡ ਇੱਕ ਸਰਮਪ੍ਰੀਤ ਨਾਂ ਦਾ ਲੜਕਾ ਜਿਹੜਾ ਹੈ ਉਹਨੂੰ ਕਿਡਨੈਪ ਕੀਤਾ ਗਿਆ ਇੱਥੋਂ, ਅਤੇ ਉਹਦੇ ਲਿਬਰਟੀ ਚੌਂਕ ਕੋਲ ਉਹਦਾ ਘਰ ਸੀਗਾ ਵੀ ਉੱਥੋਂ ਉਹਨੂੰ ਕੋਈ ਬੰਦੇ ਜਿਹੜੇ ਨੇ ਲੈ ਕੇ ਗਏ ਨੇ। ਅਤੇ ਉਸ ਤੋਂ ਬਾਅਦ ਅਸੀਂ ਇਹਨੂੰ, ਇਹਦਾ ਫੋਨ ਨੰਬਰ ਵੀ ਉਹਨਾਂ ਤੋਂ ਲਿਆ, ਇਹਦੀ ਵਾਈਫ ਦੀ ਕਾਲ ਆਈ ਸੀ, ਰਸ਼ਮੀ ਉਹਦਾ ਨਾਂ ਹੈਗਾ, ਅਤੇ ਨੰਬਰ ਲਿਆ ਅਤੇ ਅਸੀਂ, ਸੋਰੀ ਸ਼ਿਵਾਨੀ, ਅਤੇ ਨੰਬਰ ਲਿਆ ਅਤੇ ਉਹਦਾ ਕਾਲ ਕੀਤਾ, ਅਤੇ ਜਦੋਂ ਪਹਿਲਾਂ ਕਾਲ ਕੀਤਾ 1-2-3 ਕਾਲਸ ਕੀਤੀਆਂ, ਫੋਨ ਔਨ ਸੀਗਾ ਪਰ ਅਨਆਨਸਰਡ ਕਾਲਸ ਜਾ ਰਹੀਆਂ ਸੀ। ਅਤੇ ਫਿਰ ਕੁਦਰਤੀ SHO ਸਿਟੀ ਬਲਵਿੰਦਰ ਸਿੰਘ ਜਿਹੜੇ ਹੈਗੇ ਨੇ, ਦੁਬਾਰਾ ਉਹਨੂੰ ਕਾਲ ਟਰਾਈ ਕੀਤਾ ਅਤੇ ਉਹ ਕਾਲ ਜਿਹੜੀ ਉਹ ਲੱਗ ਗਈ। ਅਤੇ ਫਿਰ ਇਹਨੇ ਉਹ, ਮਤਲਬ ਇੰਨੀ ਛੋਟੀ ਜਿਹੀ ਇਹਨੇ ਗੱਲ ਕੀਤੀ ਵੀ ਇੱਥੇ ਇਹ ਆਹ ਇੱਕ ਫੈਕਟਰੀ ਹੈਗੀ ਹੈ ਹੋਲੀ ਐਂਜਲ ਸਕੂਲ ਦੇ ਕੋਲ, ਅਤੇ ਵੀ ਉੱਥੇ ਇਹ ਹੈਗਾ, ਅਤੇ ਅਸੀਂ ਇਮੀਡੀਏਟਲੀ ਪੂਰੀ ਟੀਮ ਦੇ ਨਾਲ ਇੱਥੇ ਆ ਕੇ ਦੇਖਿਆ, ਅਤੇ ਇਹ ਜਿਹੜਾ ਉੱਥੇ ਸਰਮਪ੍ਰੀਤ ਜਿਹੜਾ ਸੀਗਾ ਉੱਥੇ ਹਾਜ਼ਰ ਮਿਲਿਆ ਸਾਨੂੰ। ਅਤੇ ਹੁਣੇ ਅਸੀਂ, ਮਤਲਬ ਇਹਨੂੰ ਫੜ ਕੇ ਜਿਹੜੇ ਨੇ ਉਹ ਪਾਰਟੀ ਉੱਥੇ ਲੈ ਕੇ ਗਏ, ਬਾਕੀ ਅਗਲੀ ਜਿਹੜੀ ਹੈ ਤਫਤੀਸ਼ ਦੇ ਦੌਰਾਨ ਇਹਦੇ। ਸਰ ਸ਼ੁਰੂਆਤੀ ਜਾਂਚ ਕੀ ਲੱਗਿਆ, ਪਤਾ ਕਿਉਂ ਕਿਡਨੈਪ ਕੀਤਾ ਹੋਇਆ? ਇਹਨਾਂ ਦਾ ਸ਼ਾਇਦ ਆਪਸ ਦੇ ਵਿੱਚ ਕੋਈ ਪੈਸੇ ਦਾ ਲੈਣ ਦੇਣ ਸੀਗਾ। ਕਿਹਦੇ ਨਾਲ ਸਰ? ਕਿਹਦੇ ਨਾਲ ਸਰ? ਸਨਮਪ੍ਰੀਤ ਦਾ, ਇਹਨਾਂ ਦੇ ਜਿਹੜੇ ਬੰਦੇ ਇੱਥੇ ਸੀਗੇ ਧਮੋਲੀ ਪਿੰਡ ਦੇ ਸੀਗੇ ਉਹ, ਅਤੇ ਉਹਨਾਂ ਦੇ ਨਾਲ ਇੱਕ ਧਮੋਲੀ ਦਾ ਸੀਗਾ, ਇੱਕ ਸ਼ਾਇਦ ਰਾਜਪੁਰੇ ਦਾ ਸੀ, ਵਰਕਰ ਦਾ ਸੀ, ਮਾਲਕ ਦਾ ਸੀਗਾ।
ਇਹ ਹਾਲੇ ਸਾਰਾ ਮਤਲਬ ਇਨਵੈਸਟੀਗੇਸ਼ਨ ਦਾ ਇਸ਼ੂ ਹੈ ਜੀ, ਉੱਥੇ ਜਾਵਾਂਗੇ, ਡਿਟੇਲ ਜਿਹੜੀਆਂ ਸਾਨੂੰ ਫਿਰ ਪਤਾ ਲੱਗਣਗੀਆਂ। ਫਿਲਹਾਲ ਤਾਂ ਅਸੀਂ ਸਿਰਫ ਇਹ ਮੁੰਡਾ ਜਿਹੜਾ ਸਹੀ ਸਲਾਮਤ ਠੀਕ ਠਾਕ ਆਪਾਂ ਨੂੰ ਮਿਲ ਗਿਆ, ਅਤੇ ਜਿਹੜੇ ਦੋ ਬੰਦੇ ਇਹਨੂੰ ਨਾਲ ਇੱਥੇ ਲੈ ਕੇ ਬੈਠੇ ਸੀਗੇ ਉਹ ਵੀ ਮਿਲ ਗਿਆ ਉਹਨਾਂ ਨੂੰ ਲੈ ਕੇ, ਹੁਣ ਅਸੀਂ ਗੱਡੀ ਜਿਹੜੀ ਪੁਲਿਸ ਸਟੇਸ਼ਨ ਤੇ ਪੈਸੇ ਦੀ ਮੰਗ ਕਿੱਥੇ ਸੀਗੀ? ਪੈਸੇ ਦੀ ਮੰਗ ਨਹੀਂ ਸੀ, ਪੈਸੇ ਦਾ ਕੋਈ ਲੈਣ ਦੇਣ ਸੀ ਇਹਨਾਂ ਦਾ ਆਪਸ ਦੇ ਵਿੱਚ, ਅਤੇ ਉਹ ਇਹ ਤੋਂ ਹੁਣ ਇੱਥੇ ਜ਼ਬਰਦਸਤੀ ਆ ਕੇ ਸ਼ਾਇਦ ਇਹਦੀ ਕਾਰ ਵਗੈਰਾ ਜਾਂ ਕੁਛ ਹੋਰ ਇਹਦੇ ਆਪਦੇ ਨਾਂ 'ਤੇ ਅਤੇ ਇੱਦਾਂ ਦਾ ਕੁਛ ਮਤਲਬ ਉਹ ਲਿਖਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਸੀਗੇ। 4 ਵਜੇ ਤੋਂ ਉਹ ਇੱਥੇ ਸੀਗਾ, ਅਤੇ ਉਹ ਹੁਣ ਅੱਗੇ ਕਿੰਨੇ ਜਾਣੇ ਸੀ ਇਹਦੇ ਵਿੱਚ, ਕਿਹਦੇ ਨਾਲ ਇਹਦਾ ਐਕਸ਼ਨ ਲੈਣ ਦੇਣ ਸੀਗਾ, ਕਿੰਨੇ ਪੈਸੇ ਦਾ ਲੈਣ ਦੇਣ ਸੀ, ਉਹ ਸਾਰਾ ਕੁਛ ਜਾ ਕੇ ਜਿਹੜਾ ਅਸੀਂ ਵਾਪਸ। ਸਰ ਮੁੰਡੇ ਕੀ ਕਾਰੋਬਾਰ ਦਾ ਸੰਬੰਧੀ ਹੈ ਜੀ? ਸੋਰੀ, ਜਿਹੜਾ ਸਰ ਕੀ ਕਾਰੋਬਾਰ ਸੰਬੰਧੀ ਹੈ ਜਿਹੜਾ ਪਕੜਿਆ ਗਿਆ, ਜਿਹੜਾ ਮੁੰਡਾ ਹੈਗਾ ਜਿਹੜਾ ਬਰਾਮਦ ਕੀਤਾ? ਇਹ ਮੇਰੇ ਖਿਆਲ ਦੁਕਾਨ ਕਰਦਾ, ਜਿਹੜਾ ਦੁਕਾਨ ਕਰਦਾ ਕੱਪੜੇ ਦੀ ਦੁਕਾਨ ਹੈਗੀ ਹੈ। ਜਿੰਨੇ ਮੋਸਟਲੀ ਇਹ ਕੇਸਿਸ ਨੇ ਹੁਣ, ਜਿਵੇਂ ਆਪਾਂ ਇਹਦੇ ਵੱਲ ਵੀ ਇਹਦੇ ਨਾਲ ਗੱਲਬਾਤ ਜਿੰਨੀ ਕੁ ਵੀ ਕੀਤੀ ਹੈਗੀ ਆ ਥੋੜੇ ਸਮੇਂ ਦੇ ਵਿੱਚ, ਇਹ ਬਹੁਤ ਹੀ ਸ਼ਰੀਫ ਮਤਲਬ ਕਿਸਮ ਦਾ ਮਤਲਬ ਉਸ ਤਰ੍ਹਾਂ ਦਾ ਬੰਦਾ, ਉਹਨਾਂ ਨੂੰ ਸ਼ਾਇਦ ਇਹ ਹੋਣਾ ਵੀ ਇਹਨੇ ਕਿਸੇ ਨੂੰ ਰਿਪੋਰਟ ਨਹੀਂ ਕਰਨਾ ਜਾਂ ਕਿਸੇ ਨੂੰ ਦੱਸਣਾ ਨਹੀਂ ਗਾ, ਉਹ ਸ਼ਾਇਦ ਇਸ ਹੌਸਲੇ ਦੇ ਵਿੱਚ। ਉਹ ਹੁਣ ਇਹ ਸਾਰਾ ਦੇਖਦੇ ਹਾਂ ਜੀ ਵੀ ਇਹ ਫੈਕਟਰੀ ਦੇ ਨਾਲ ਇਹਨਾਂ ਦਾ ਕੀ ਸੰਬੰਧ ਹੈਗਾ, ਇੱਥੇ ਕਿਉਂ ਆਏ ਨੇ, ਇਹ ਇਸੇ ਫੈਕਟਰੀ 'ਚ ਕਿਉਂ ਲੈ ਕੇ ਆਏ ਨੇ, ਉਹ ਸਾਰਾ ਇਹਦਾ ਕੀ ਇਹਦਾ ਲਿੰਕਅਪ ਹੈਗਾ। ਕਿਸ ਚੀਜ਼ ਦੀ ਫੈਕਟਰੀ ਹੈ, ਕਿਹਦੀ ਫੈਕਟਰੀ ਹੈ ਸਰ? ਇਹ ਮੇਰੇ ਖਿਆਲ ਕੋਈ ਮਕੈਨੀਕਲ ਸਮਾਨ ਜਿਹੜਾ ਹੈਗਾ ਉਹ ਬਣਾਉਂਦੇ ਆ। ਸਰ ਇਸ ਵਿੱਚ ਦਾ ਸਿੱਟਾ ਕੀ ਨਿਕਲੂਗਾ ਵੀ ਹਰ ਵਾਰੀ ਇਸ ਤਰ੍ਹਾਂ ਦੇ ਵਾਰਦਾਤ ਹੁੰਦੀਆਂ, ਤੁਹਾਡੇ ਆਉਣ ਤੋਂ ਬਾਅਦ ਕਾਫੀ ਠੱਲ ਪਈ ਹੈ ਇਸ ਮਾਮਲੇ 'ਤੇ, ਅਤੇ ਇਹਦੇ ਵਿੱਚ ਕੀ ਕੋਈ ਰਾਜਨੀਤਿਕ ਦਖਲਅੰਦਾਜ਼ੀ ਹੋਊਗੀ ਵੀ ਇਹ ਲੋਕ ਫਿਰ ਇਸ ਤਰ੍ਹਾਂ ਨਿਕਲ ਜਾਣਗੇ, ਜਾਂ ਤੁਸੀਂ ਕੋਈ ਵਧੀਆ ਕੋਈ ਐਕਸ਼ਨ ਲਓਗੇ ਇਸ ਮਾਮਲੇ? ਦੇਖੋ, ਰਾਜਨੀਤਿਕ ਦਖਲਅੰਦਾਜ਼ੀ ਮੇਰੇ ਖਿਆਲ ਨਾਲ ਨਹੀਂ ਹੋਊਗੀ, ਕਿਉਂਕਿ ਕੋਈ ਵੀ ਇਹੋ ਜਿਹੇ ਗਲਤ ਕੰਮਾਂ ਦੀ ਸਪੋਰਟ ਨਹੀਂ ਕਰਦਾ, ਅਤੇ ਉਹ ਸਾਨੂੰ ਇਹ ਪੂਰਾ ਵਿਸ਼ਵਾਸ ਹੈ, ਅਤੇ ਮੇਰੇ ਖਿਆਲ ਨਾਲ ਨਾ ਹੀ ਪਹਿਲਾਂ ਕਿਸੇ ਨੇ ਕਦੇ ਕੀਤੀ ਹੋਣੀ ਹੈ, ਅਤੇ ਮਤਲਬ ਮੇਰੇ ਹੁੰਦੇ ਹੋਏ ਤਾਂ ਮੈਨੂੰ ਅੱਜ ਤੱਕ ਇਸ ਤਰ੍ਹਾਂ ਦਾ ਕੋਈ ਹੋਇਆ ਨਹੀਂ ਹੈਗਾ। ਜਿਹੜੀ ਇਹ ਫੈਕਟਰੀ ਹੈ, ਇਹਨਾਂ ਦੇ ਵਰਕਰ ਨੇ ਕਿ ਮਾਲਕ ਦਾ ਵਿੱਚ ਰੋਲ ਵੀ ਹੈ? ਸਾਰਾ ਦੱਸੇਗਾ ਬਾਕੀ ਸਾਰਾ। ਇਹ ਹੁਣ ਉੱਥੇ ਜਾਵਾਂਗੇ ਜੀ ਅੱਗੇ, ਜਿਹੜੀ ਇਹ ਸਾਰੀ ਡਿਟੇਲ ਜਿਹੜੀ ਆ ਬਾਅਦ ਦੇਖਾਂਗੇ। ਇਹ ਸਰ ਜੀ ਬੰਦੇ ਜਿਹੜੇ ਜਿਹਨੇ ਕਿਡਨੈਪ ਕਰੇ ਧਮੋਲੀ ਪਿੰਡ ਦੇ ਹੀ ਹੈ? ਇੱਕ ਧਮੋਲੀ ਪਿੰਡ ਦਾ ਸੀਗਾ ਇਹ, ਐਕਚੁਲੀ ਇਹਨੂੰ ਨਾ ਬੈਂਕ ਜਾਣ ਦਾ ਝਾਂਸਾ ਦੇ ਕੇ ਉੱਥੋਂ ਲੈ ਕੇ ਆਏ ਨੇ ਵੀ ਆਪਾਂ ਬੈਂਕ ਕੋਈ ਕੰਮ ਹੈਗਾ, ਅਤੇ ਇਹਨੂੰ ਉਹਦਾ ਜਾਣਕਾਰੀ ਸੀਗੀ ਉਸ ਕੰਮ ਬਾਰੇ ਵੀ ਆਪਾਂ ਉਹ ਕੰਮ ਕਰਨਾ, ਇਹ ਉਹਨਾਂ ਦੇ ਨਾਲ ਬੈਠ ਗਿਆ, ਅਤੇ ਬਾਅਦ 'ਚ ਇਹਨੂੰ ਕਹਿੰਦੇ ਵੀ ਜੇ ਆਪਾਂ ਇੱਕ ਛੋਟਾ ਹੋਰ ਕੰਮ ਉਹ ਕਰਕੇ ਫਿਰ ਬੈਂਕ ਆਵਾਂਗੇ, ਉਸ ਬਹਾਨੇ ਇਹਨੂੰ ਇੱਥੇ ਲਿਆਏ, ਅਤੇ ਜਦੋਂ ਲਿਆਏ ਤਾਂ ਫਿਰ ਇਹਨਾਂ ਨੇ ਇੱਥੇ ਇਹਨੂੰ ਸਰ ਕੋਈ ਕੁੱਟਮਾਰ ਵੀ ਕੀਤੀ ਗਈ ਇੱਥੇ? ਇਹਨੇ ਦੱਸਣ ਮੁਤਾਬਕ ਵੀ ਸ਼ਾਇਦ ਇਹਦੀਆਂ ਪਹਿਲਾਂ ਪਰਨੇ ਦੇ ਨਾਲ ਬਾਹਾਂ ਬੰਨੀਆਂ ਸੀ ਕੁਛ ਦੇਰ ਵਾਸਤੇ, ਅਤੇ ਬਾਅਦ ਦੇ ਵਿੱਚ ਸ਼ਾਇਦ ਕੋਈ ਪੇਪਰ ਸਾਈਨ ਕਰਾਉਣਾ ਸੀ ਜਾਂ ਕੁਛ ਹੋਰ, ਫਿਰ ਉਹ ਇਹ ਤੋਂ ਜਿਹੜੇ ਬਾਹਾਂ। ਇੰਨੀ ਨੋਬਤ ਆਈ ਜੀ ਕਿਡਨੈਪ ਦੀ, ਕਿ ਕਿੰਨੇ ਕੁ ਪੈਸੇ ਦਾ ਲੈਣ ਦੇਣ ਹੋਣਾ, ਕਿ ਜਿਹਦੀ ਇੰਨੀ ਨੋਬਤ ਆ ਗਈ? ਫਿਲਹਾਲ ਜੋ ਹੈ ਵੀ 5-6 ਲੱਖ ਦੀ ਗੱਲ ਸੁਣੀ ਹੈ ਅੱਗੇ।